हेलो गाइस ਤੁਹਾਡਾ ਸਵਾਗਤ हेलो गाइस ਤੁਹਾਡਾ ਸਵਾਗਤ ਹੈ ਮੇਰੇ ਨਿਊ ਵਲੌਗ ਤੇ ਤੇ ਗਾਈਸ ਅੱਜ ਆਪਾਂ ਚੱਲੇ ਆ ਉਬਰ ਕਰਨ ਤੇ ਮੈਂ ਤਾਂ ਉਬਰ ਕਰਦਾ ਸਾਈਕਲ ਤੇ ਮੇਰੀ ਸੈਕੰਡਰੀ ਜੋਬ ਆ ਪਹਿਲੀ ਤੇ ਮੇਰੀ ਰੈਨੋਵੇਸ਼ਨ ਦੀ ਆ ਪਰ ਹੁਣ ਇਸ਼ਾਨ ਵੀ ਕਰਦਾ ਹੈ ਉਬਰ ਸਾਈਕਲ ਤੇ ਤੇ ਨਾਰਕਿਆਂ ਦੇ ਮਾਸਟਰ ਜੀ ਨੇ ਜਿਨ੍ਹਾਂ ਨੇ ਕਾਰ ਦਾ ਅਪਲਾਈ ਕੀਤਾ ਹੈ ਉਬਰ ਦਾ ਤੇ ਉਹ ਅੱਜ ਟਰਾਈ ਕਰ ਰਹੇ ਆ ਤੇ ਉਹਨਾਂ ਆਰਡਰ ਆ ਰਹੇ ਨੇ ਜਾਂ ਦੂਰ ਦੂਰ ਦੇ ਨੇ ਤੁਹਾਨੂੰ ਹਲ ਵਿਖਾਣੇ ਆ ਬਾਕੀ ਬਾਕੀ ਮੈਂ ਵੀ ਐਕਟਿਵ ਕਰਦਾ ਹਾਂ 4.5 ਕਿਲੋਮੀਟਰ 'ਚ 4.50 ਆਰਡਰ ਬਹੁਤ ਵੇਖ ਲਓ ਕਰ ਸਕਦੇ ਹੋ 120 ਸਰੀ 'ਤੇ ਜਾਣਾ ਕਰੀ ਕਬਾਬ ਤੋਂ ਤੇ ਟਰਾਈ ਕਰਦੇ ਹਾਂ ਜੋ ਵੀ ਆ ਤੇ ਮੈਂ ਵੀ ਹੁਣ ਐਕਟੀਵੇਟ ਹੋ ਜਾਂਦਾ ਵਾਂ ਸਾਈਕਲ ਤੇ ਹੈਗਾ ਬਟ ਇੱਕ ਵਾਰ ਵੇਖਦੇ ਹਾਂ ਕਾਰ ਤੇ ਕਿੰਨਾ ਛੇਤੀ ਹੁੰਦਾ ਕਿ ਨਹੀਂ ਮੈਨੂੰ ਜ਼ਿਆਦਾ ਆਰਡਰ ਨਹੀਂ ਆਉਂਦੇ ਕਿਉਂਕਿ ਮੈਂ ਜ਼ਿਆਦਾ ਐਕਟਿਵ ਨਹੀਂ ਰਹਿੰਦਾ ਅਤੇ ਅੱਜ ਤੁਹਾਨੂੰ ਵਿਊ ਵਿਖਾਉਂਦੇ ਹਾਂ ਸਰੀ ਦਾ ਅਤੇ ਕਾਰ ਦਾ ਐਕਸਪੀਰੀਅੰਸ ਦੱਸਦੇ ਹਾਂ ਕਿਵੇਂ ਉਬਰ ਕਿੰਨੀ ਵਧੀਆ ਚੱਲਦੀ ਸਰੀ 'ਚ ਅਤੇ ਟਰਾਈ ਕਰਦੇ ਹਾਂ ਅਤੇ ਗਾਈਸ ਹਾਲੇ ਮਾਸਟਰ ਜੀ ਔਡਰ ਆ ਗਿਆ ਪਹਿਲਾਂ ਬਹੁਤ ਸਾਰੇ ਆਏ ਸੀਗੇ ਪਰ ਦੂਰ ਦੂਰ ਸੀਗੇ ਹੁਣ ਨੇੜੇ ਦਾ ਇੱਕ ਔਡਰ ਮਿਲਿਆ ਹੁਣ ਇਹ ਪਹਿਲਾ ਔਡਰ ਆ ਟਰਾਈ ਮਾਰਦੇ ਹਾਂ ਕਾਰਾਂ ਦੇ ਔਡਰ ਬਹੁਤ ਆਉਂਦੇ ਨੇ ਸੋ ਗਾਈਸ ਫੋਨ ਵੀ ਸੈਟਅਪ ਹੋ ਗਿਆ ਹੁਣ ਇਸ਼ਾਨ ਨੂੰ ਵੀ ਇੱਕ ਔਡਰ ਆ ਗਿਆ ਉਹ ਵੀ ਚੱਕਣਾ ਪਹਿਲਾਂ ਮਾਸੇ ਦਾ ਚੱਕਦੇ ਹਾਂ ਫਿਰ ਇਸ਼ਾਨ ਦਾ ਔਡਰ ਵੀ ਚੱਕਦੇ ਹਾਂ ਅਤੇ ਤੁਹਾਨੂੰ ਵਿਊ ਵਿਖਾਉਂਦੇ ਹਾਂ ਰਾਤ 176 ਦਾ ਛੱਡਣਾ ਸੀਗਾ ਯਾਰ ਉੱਥੋਂ ਪਹਿਲਾਂ ਤੇਰਾ ਚੱਕ ਲਿਆਉਂਦੇ ਸਕਾਇਆ ਤੂੰ ਕੋਈ ਯਾਰ ਆ ਹਮਰੇ ਔਡਰ ਮਰ ਗਏ ਕਾ ਹਾਂ ਇੱਥੇ ਲਿਖਿਆ ਤੇ ਕਰੀਅਨ ਕਬਾਬ ਸੋ ਕਰੀਅਨ ਕਬਾਬ ਤੇ ਆ ਗਏ ਹਾਂ ਤੇ ਚੱਲਦੇ ਸੋ ਗਾਈਜ਼ ਔਡਰ ਚੱਕਣ ਚੱਲਦੇ ਹਾਂ ਮਾਸੜ ਜੀ ਦਾ ਨਵਜੋਤ ਦੇ ਨਾਮ ਤੋਂ ਲੈਟਸ ਗੋ ਸਾਹਮਣੇ ਕਬਾਬ ਪੀ ਦਾ ਤੇ ਇੱਥੇ ਹੁਣ ਔਡਰ ਚੱਕਣਾ ਉਹਨਾਂ ਨੂੰ ਕਹਿਤਾ ਹੈ ਤੇ ਇੱਥੇ ਆ ਕੇ ਹੁਣ ਔਡਰ ਦੇਣਗੇ ਤੇ ਔਡਰ ਚੈੱਕ ਕੀਤਾ ਸੀ ਔਡਰ ਦੇਖਣਾ ਉਹਦਰ ਲੈ ਕੇ ਆ ਰਹੇ ਨੇ ਸੋ ਗਾਈਜ਼ ਫਸਟ ਔਡਰ ਚੱਕ ਲਿਆ ਤੇ ਹੁਣ ਕੀ ਕਹਿੰਦੇ ਹੋਰ ਔਡਰ ਆ ਜੋ ਚੱਕਿਆ ਗਿਆ ਸੀ ਗਲਤੀ ਨਾਲ ਬਟ ਇਹ ਕਿ ਉੱਥੇ ਇਸ਼ਾਨ ਦਾ ਵੀ ਔਡਰ ਉੱਥੇ ਆ ਤੇ ਦੋਵੇਂ ਔਡਰ ਉੱਥੇ ਨੇ ਤੇ ਜਾ ਕੇ ਚੱਕ ਲੈਂਦੇ ਹਾਂ ਤੇ ਸਾਹਮਣੇ ਪਰਾਂਠੇ ਟੂ ਪਾਸਤਾ ਆ ਗਿਆ ਹੁਣ ਉੱਥੋਂ ਔਡਰ ਚੱਕਣੇ ਆ ਗਾਈਜ਼ ਮੈਨੂੰ ਵੀ ਇੱਕ ਔਡਰ ਮਿਲ ਗਿਆ ਅਤੇ ਮਾਸਟਰ ਜੀ ਦਾ ਦੂਜਾ ਔਡਰ ਸੀਗਾ ਮਾਸਟਰ ਜੀ ਲੈਣ ਗਏ ਨੇ ਅਤੇ ਇਸ਼ਾਨ ਦਾ ਔਡਰ ਵੀ ਹਲੇ ਚੱਕਣਾ ਅਤੇ ਮੇਰਾ ਔਡਰ ਵੀ 120 ਤੇ ਆ ਮੈਕਡੋਨਲਡ ਤੋਂ ਉੱਥੋਂ ਚੱਕਣਾ 3 ਕਿਲੋਮੀਟਰ ਦਾ 3 ਕਿਲੋਮੀਟਰ ਦੇ $3 ਆ ਅਤੇ ਸਾਈਕਲ 'ਤੇ ਸੀਗੇ ਇਸ ਲਈ ਮੈਂ ਕਿਹਾ ਚੱਕ ਲਓ ਕੋਈ ਚੱਕਰ ਨਹੀਂ ਹੈ ਗੱਡੀ 'ਤੇ ਜਾਣਾ ਕੀ ਹੋ ਚੱਲ ਅਤੇ ਵਿਊ ਵਿਖਾਉਂਦੇ ਹਾਂ ਇੱਥੇ ਜਾਮ ਵੀ ਬੜਾ ਲੱਗਾ ਹੋਇਆ ਕੰਮ ਔਖਾ ਹੀ ਆ ਸਰੀ 'ਚ ਗੱਡੀ ਦਾ ਵੀ ਸਾਈਕਲ ਵਾਲੇ ਚਲਾ ਚਲਾ ਮਰ ਜਾਂਦੇ ਨੇ ਅਤੇ ਗੱਡੀ 'ਚ ਬਹਿ ਬਹਿ ਥੱਕ ਜਾਂਦੇ ਨੇ ਔਡਰ ਵੀ ਆ ਗਿਆ ਹੁਣ ਚੱਲਦੇ ਹਾਂ ਔਡਰ ਪਿੱਕ ਕਰਨ ਮਾਸਟਰ ਦਾ ਜਿਹੜਾ ਔਡਰ ਆ ਉੱਥੇ ਆਪਾਂ ਪਾਰਕਿੰਗ 'ਤੇ ਲਾ ਗਏ ਹਾਂ ਅਤੇ ਹੁਣ ਚੱਲਦੇ ਹਾਂ ਬਿਲਡਿੰਗ 'ਚ 4th floor 'ਤੇ ਜਾਣਾ ਅਤੇ ਪੈਦਲ ਜਾ ਰਹੇ ਹਾਂ ਗੱਡੀ ਪਾਰਕ ਲਾਤੀ ਅੱਗੇ ਰੋਡ ਬੰਦ ਸੀਗੀ ਅਤੇ ਪਿੱਛੇ ਗਲੀਆਂ 'ਚੋਂ ਆ ਗਏ ਹਾਂ ਅਤੇ ਚੱਲਦੇ ਫੜਾ ਉਹ ਤਾਂ ਫਿਰ ਮੈਂ ਆਪਣਾ ਔਡਰ ਵੀ ਕਰਨਾ ਅਤੇ ਮੇਰੇ ਫਰੰਟ ਤੋਂ ਹੈ ਮੇਰੇ ਹਿਸਾਬ ਨਾਲ ਇੱਥੋਂ ਹੈਗੀ ਹੈ ਐਂਟਰੀ ਜਾ ਸਕਦੇ ਹਾਂ ਨਿਕਲੋ ਜਿੱਥੇ ਮਰਜ਼ੀ ਬੜੀ ਚੱਲੋ ਕੋਈ ਚੱਕਰ ਨਹੀਂ ਸੋ 4th floor 'ਤੇ ਆ ਗਏ ਹਾਂ ਅਤੇ 404 'ਤੇ ਫੜਾ ਕੇ ਆਉਣਾ ਮੀਟਰ ਦਾ ਡੋਰ ਆ ਅਤੇ ਫੜਾਉਂਦੇ ਹਾਂ ਅਤੇ ਔਡਰ ਇੱਕ ਹੋ ਗਿਆ ਹੁਣ ਦੂਜੇ ਔਡਰ ਵਾਸਤੇ ਭੱਜਦੇ ਹਾਂ ਫਟਾਫਟ ਅਤੇ ਇਸ਼ਾਨ ਦਾ ਬਹੁਤ ਲੇਟ ਦਾ ਚੱਕਿਆ ਹੋਇਆ ਉਹ ਪੰਗਾ ਪੈ ਜਾਣਾ ਰਿਵਿਊ ਖਰਾਬ ਹੋ ਜਾਂਦੇ ਨੇ ਇੱਕ ਔਡਰ ਦੇ ਚੁੱਕੇ ਹਾਂ ਚਲੋ ਭਈਆ ਸੋ ਗਾਈਜ਼ ਇੱਥੇ ਕੀ ਕਹਿੰਦੇ ਨੇ 84 'ਤੇ ਸੀਗੇ ਅਤੇ ਭਾਈ ਸਾਹਿਬ ਗੱਡੀ ਠੋਕ ਗਈ ਹੈ ਪੰਜਾਬੀ ਵੀਰ ਸੀਗਾ ਆਪਣਾ ਪਿੱਛੇ ਉਹ ਜੀਪ 'ਚ ਉਹ ਗੱਡੀ ਠੋਕ ਕੇ ਖਲਾਰੇ ਪੈ ਗਏ ਨੇ ਹਾਲੇ ਉਹ ਨੰਬਰ ਨੋਟ ਕਰ ਰਹੇ ਨੇ ਹੁਣ ਕਲੇਮ ਕਲੂਮ ਕਰਨਗੇ ਬਸ ਹੋਰ ਕੀ ਆ ਬਾਕੀ ਮੇਰਾ ਔਡਰ ਅੱਗੇ ਆ 84 ਤੋਂ ਅੱਗੇ ਜਾ ਕੇ 85 ਤੋਂ ਅੱਗੇ ਜਾ ਕੇ 86 ਤੋਂ ਪਹਿਲਾਂ ਰਾਈਟ ਕਰ ਲੈਣਾ ਉਦੋਂ ਚੱਕਦਾ ਗਾਈਜ਼ ਆਪਾਂ ਗੱਡੀ 'ਚੋਂ ਨਿਕਲ ਗਏ ਹਾਂ ਕਿਉਂਕਿ ਜਿੱਥੇ ਮੈਂ ਔਡਰ ਚੱਕਣਾ ਹੈ ਮੇਰਾ ਤਾਂ ਸਾਈਕਲ ਦਾ ਰੂਟ ਵਿਖਾਉਂਦਾ ਉੱਥੇ ਕੰਸਟਰਕਸ਼ਨ ਚੱਲ ਰਹੀ ਗੱਡੀ ਜਾ ਨਹੀਂ ਸਕਦੀ ਅਤੇ ਮੈਨੂੰ ਉੱਤਰ ਕੇ ਜਾਣਾ ਪਏਗਾ ਮਾਸੜ ਉੱਥੇ ਖਲੋਤਾ ਅਤੇ ਮੈਂ ਤਾਂ ਇਸ਼ਾਨ ਉੱਤਰ ਗਿਆ ਪਰ ਔਡਰ ਚੱਕਦੇ ਹਾਂ ਫਿਰ ਫਟਾਫਟ ਗੱਡੀ ਜਾ ਕੇ ਦੇ ਕੇ ਆਉਣਾ ਕਿਉਂਕਿ ਮਾਸੜ ਦਾ ਬਹੁਤ ਦੂਰ ਤਾ 27 ਕਿਲੋਮੀਟਰ ਉਹ ਵੀ ਵੇਖਣਾ ਸੋ ਗਾਈਜ਼ ਇੱਕ ਔਡਰ ਦੇ ਚੁੱਕਿਆ ਮੇਰੇ ਕੋਲ ਔਡਰ ਹੋ ਗਿਆ ਦੂਜਾ ਔਡਰ ਮੈਂ ਡਿਲੀਵਰ ਕਰਨ ਜਾ ਰਿਹਾ ਮੈਕਡੋਨਲਡ ਸੀਗੇ ਉਸ ਤੋਂ ਬਾਅਦ ਮਾਸੜ ਦਾ ਦੇ ਕੇ ਆਉਣੇ ਅਤੇ ਇਸ਼ਾਨ ਦਾ ਚੱਕਣਾ ਸਰੀ 'ਚ ਆਹ ਹਾਲੇ ਭਾਈ ਸਾਹਿਬ ਲੋਕਲ ਰੋਡਸ ਵੀ ਐਵੇਂ ਭਰੀਆਂ ਪਈਆਂ ਕਿਉਂਕਿ ਮੇਨ ਰੋਡ 'ਤੇ ਕੰਸਟਰਕਸ਼ਨ ਚੱਲ ਰਹੀ ਆ ਐਸੀ ਤਾਂ ਅਸੀਂ ਵੱਜੀ ਪਈ ਆ ਅਤੇ ਹਾਲੇ ਮੇਰਾ 600 ਮੀਟਰ ਦਾ ਔਡਰ ਆ ਅਤੇ ਹਾਲੇ 5-10 ਮਿੰਟ ਹੋ ਗਏ ਨੇ ਕਾਰ ਦੇ 'ਚ ਬੈਠੇ ਹੋਏ ਸਾਈਕਲ ਵਾਲੇ ਤਾਂ ਨਿਕਲ ਜਾਂਦੇ ਨੇ ਇੱਥੋਂ ਫੁੱਟਪਾਥ ਤੋਂ ਬਟ ਕਾਰ ਨੂੰ ਥੋੜ੍ਹਾ ਪੰਗਾ ਹੋ ਜਾਂਦਾ ਸੋ ਗਾਈਜ਼ ਮੇਰੇ ਔਡਰ ਕੰਪਲੀਟ ਹੋ ਚੁੱਕੇ ਨੇ ਅਤੇ ਹੁਣ ਇਸ਼ਾਨ ਦਾ ਅਤੇ ਮਾਸੜ ਜੀ ਰਹਿ ਗਏ ਨੇ ਉਹਨਾਂ ਦੇ ਔਡਰ ਦਿਖਾਉਂਦੇ ਆ ਸਰੀ ਦੇ ਟ੍ਰੈਫਿਕ ਦਾ ਹਾਲ ਵੇਖ ਲਓ ਆਹ ਹਾਲ ਹੁੰਦਾ ਅਤੇ ਕਹਿੰਦੇ ਨਾ ਸਰੀ 'ਚ ਗੱਡੀ ਹੋ ਗਈ ਕੋਈ ਫਾਇਦਾ ਨਹੀਂ ਇਹ ਹਾਲ ਐਵੇਂ ਹੀ ਹੁੰਦਾ ਲੋਕ ਘੰਟੇ ਘੰਟੇ ਗੱਡੀ ਖੜੋਦੇ ਆ 5 ਮਿੰਟ ਦੀ ਜਿਹੜੀ ਰਾਈਡ ਆ ਉਹ ਵੀ 15-20 ਮਿੰਟ ਪਹੁੰਚ ਜਾਂਦੀ ਹੈ ਕਦੀ ਕਦੀ ਘੰਟੇ ਲੱਗ ਜਾਂਦੇ ਨੇ ਸੋ ਗਾਈਜ਼ ਆਹ ਘਰ ਹੈਗਾ ਵੀ ਅਤੇ ਇਸ਼ਾਨ ਨੂੰ ਦੇਤਾ ਇਸ਼ਾਨ ਦੇ ਕੇ ਆ ਰਿਹਾ ਉਹ ਇਸ਼ਾਨ ਗਿਆ ਫੋਟੋ ਤਾਂ ਨਹੀਂ ਖਿੱਚਣੀ ਸੀ ਅਤੇ ਉਹਨਾਂ ਨੇ ਦੇਤਾ ਆਹ ਅਤੇ ਹੁਣ ਇਸ਼ਾਨ ਦੇ ਕੇ ਵਾਪਸ ਆ ਰਿਹਾ ਲਾਏ ਤਾਂ ਗੱਲਾਂ 'ਚ ਲੱਗ ਗਿਆ ਸੋ ਗਾਈਜ਼ ਮਾਸਟਰ ਜੀ ਜੋ ਡਿਲੀਵਰੀ ਸੀਗੀ ਉਹ ਵੀ ਹੋ ਚੁੱਕੀ ਆ ਅਤੇ ਇਸ਼ਾਨ ਦੀ ਬਸ ਰਹਿ ਗਈ ਹਾਲੇ ਇਸ਼ਾਨ ਦਾ ਚੱਕਣਾ ਅਤੇ ਉਹ ਤੋਂ ਡਿਲੀਵਰ ਕਰਕੇ ਆਉਣਾ ਮੇਰਾ ਵੀ ਹੋ ਗਿਆ ਅਤੇ ਹਾਲੇ ਉਹਦੇ ਕੋਲ ਹੀ ਚੱਲਾਂ ਸਟ੍ਰੋਬੈਰੀ ਹਿੱਲ ਜਿਹੜੀ ਆ ਉੱਥੋਂ ਚੱਕਣਾ ਸਟਾਰਬਕਸ ਤੋਂ ਅਤੇ ਵਿਊ ਵਿਖਾਉਂਦੇ ਹਾਂ ਕਿਉਂਕਿ ਹਾਲੇ ਆਪਾਂ ਅੱਗੇ ਵਾਟਰਸ਼ੈੱਡ ਪਾਰਕ ਦੇ ਵਿੱਚ ਹੈਗੇ ਹਾਂ ਚੱਲਦੇ ਹਾਂ ਸੋ ਗਾਈਜ਼ ਆਹ ਵਾਟਰਸ਼ੈੱਡ ਪਾਰਕ ਆ ਇੱਥੇ ਹਾਈਵੇ 10 'ਤੇ
ਕਹਿੰਦੇ ਮਤਲਬ ਜ਼ਿਆਦਾ ਇੱਥੇ ਬਹੁਤ ਲੋਕ ਘੁੰਮਣ ਆਉਂਦੇ ਨੇ, ਮੈਂ ਵੀ ਇੱਕ ਵਾਰ ਜਾ ਚੁੱਕਿਆ, ਆਲਰੇਡੀ ਤੁਸੀਂ ਇੱਕ ਵੀਡੀਓ ਵੇਖ ਚੁੱਕੇ ਹੋਵੋਗੇ ਇਹਦੀ ਵੀ, ਆਪਣੇ ਭਰਾ ਦੇ ਨਾਲ ਮੈਂ ਗਿਆ ਸੀਗਾ। ਸੋ ਗਾਈਸ ਮੂਚੋ ਬੁਰੀਤੋ ਤੋਂ ਚੱਕਣਾ ਸਮਾਨ, ਬੁਰੀਤੋ ਹੀ ਆ ਸ਼ਾਇਦ, ਇੱਥੇ ਚੱਕਣਾ ਸਮਾਨ, ਮਾਸੜ ਦਾ ਡਿਲੀਵਰੀ ਆ, ਲੈ ਕੇ ਆਉਂਦੇ ਹਾਂ। ਇਹ ਉਹ ਆ ਆਪਣੇ ਮੈਕਸੀਕਨ ਮੈਕਸੀਕਨ। ਸੋ ਗਾਈਸ ਮੇਰਾ ਕੀ ਕਹਿੰਦੇ ਨੇ ਔਡਰ ਤਾਂ ਮੈਨੂੰ 4-5 ਆਏ ਨੇ ਅੱਜ, ਵਧੀਆ ਔਡਰ ਆ ਰਹੇ ਨੇ, ਬਟ ਪੰਗਾ ਇਹ ਕਿ ਮਾਸੜ ਦਾ ਔਡਰ ਕਿਤੇ ਹੋਰ ਦਾ ਹੁੰਦਾ, ਇਸ਼ਾਨ ਦਾ ਕਿਤੇ ਹੋਰ ਦਾ ਹੁੰਦਾ, ਇਸ ਲਈ ਮੈਂ ਆਪਣਾ ਔਡਰ ਚੱਕ ਨਹੀਂ ਪਾ ਰਿਹਾ। ਹੁਣ ਪ੍ਰੋਬਲਮ ਆਈ ਹੋ ਰਹੀ ਹੈ, ਹੁਣ ਮੈਨੂੰ 3-4 ਔਡਰ ਆ ਚੁੱਕੇ ਨੇ, ਪਰ ਇਹ ਕਿ ਸਾਰੇ ਦੂਰ ਦੂਰ ਦੇ ਨੇ, ਮੇਰੇ ਤਾਂ ਨੇੜੇ ਦੇ ਹੈਗੇ ਨੇ ਮੈਨੂੰ ਚੱਕ ਕੇ, ਪਰ ਇਹ ਆ ਕਿ ਉਹਨਾਂ ਰਾਈਟ ਸਾਈਡ ਜਾਣਾ, ਮੈਨੂੰ ਜਾਣਾ ਲੈਫਟ ਸਾਈਡ, ਅਤੇ ਉਸ ਸਾਈਡ ਕੰਸਟਰਕਸ਼ਨ ਚੱਲ ਰਹੀ ਅਤੇ ਮੈਨੂੰ ਉਹ ਵੀ ਮਨਾ ਕਰ ਰਹੇ ਨੇ, ਅਤੇ ਉਹ ਨਹੀਂ ਚੱਕ ਪਾ ਰਿਹਾ। ਹੁਣ ਕੀ ਕਹਿੰਦੇ ਨਾਲ ਇਸ਼ਾਨ ਦਾ ਔਡਰ ਰਹਿ ਗਿਆ, ਹਾਲੇ ਤੱਕ ਉਹ ਵਿਚਾਰੇ ਦਾ ਪਹਿਲਾ ਔਡਰ ਨਹੀਂ ਹਾਲੇ ਤੱਕ ਪੂਰਾ ਹੋਇਆ, ਅਤੇ ਮਾਸੜ ਜੀ ਸ਼ਾਇਦ ਦੂਜਾ 2 ਔਡਰ ਹੋ ਚੁੱਕੇ, ਤੀਜਾ ਕਰ ਰਹੇ ਨੇ, ਅਤੇ ਮੇਰੇ ਇੱਕ ਵਾਰ ਜੀ ਮੈਨੂੰ 2 ਮਿਲ ਗਏ ਸੀਗੇ, ਉਹ ਮੇਰੇ ਹੋ ਗਏ ਨੇ, ਅਤੇ ਮਾਸੜ ਜੀ ਲੈ ਕੇ ਆ ਰਹੇ, ਅਤੇ ਨਾਲ ਇਸ਼ਾਨ ਵਾਲੇ ਖਾਣ ਪੀਣ ਕੁਛ ਲੈਣ ਗਿਆ, ਅਤੇ ਬਾਕੀ ਅਗਰ ਕੋਈ ਔਡਰ ਆ ਗਿਆ ਤੁਹਾਨੂੰ ਦੱਸਦੇ ਹਾਂ। ਬਾਕੀ ਵੀ ਤੁਹਾਨੂੰ ਖਾ ਰਹੇ ਹਾਂ, ਸਾਰੀ 'ਚ ਬਹੁਤ ਹੀ ਮਾੜਾ ਹਾਲ ਆ ਗੱਡੀਆਂ ਦਾ, ਭਰੀਆਂ ਪਈਆਂ ਨੇ ਜਾਮ 'ਚ, ਘੰਟਾ ਘੰਟਾ ਬੰਦਾ ਅੜਿਆ ਹੀ ਰਹਿ ਜਾਂਦਾ, ਕੁਛ ਕਰਨ ਜੋਗੇ ਨਹੀਂ, ਔਖਾ ਹੀ ਹੁੰਦਾ ਬੰਦਾ, ਹੋਰ ਕੁਛ ਨਹੀਂ। ਅਤੇ ਹੁਣ ਔਡਰ ਲੈ ਕੇ ਆਉਂਦੇ ਨੇ, ਫਿਰ ਤੁਹਾਨੂੰ ਵਿਊ ਵਿਖਾਉਂਦੇ ਹਾਂ, ਹੈ ਕੁਛ ਨਹੀਂ, ਜਾਮ ਹੀ ਆ, ਜੋ ਵੀ ਆ, ਵੇਖੋ ਹੁਣ ਆਹੀ ਆ ਸਾਡਾ ਰਿਵਿਊ, ਜਿਵੇਂ ਤਾਂ ਪੂਰੇ ਦਿਨ ਕੀ ਕਰ ਰਿਹਾ ਤੁਹਾਨੂੰ ਸਭ ਕੁਝ ਦੱਸਾਂਗੇ। ਅਤੇ ਮਾਸੜ ਜੀ ਨੂੰ 1 ਮੋਰ ਥਾਈ ਰੈਸਟੋਰੈਂਟ ਤੋਂ ਆਇਆ ਸੀ ਔਡਰ, ਮਾਸੜ ਜੀ ਲੈ ਕੇ ਆ ਚੁੱਕੇ ਨੇ, ਆ ਔਡਰ ਆ ਦੇ ਕੇ ਆਉਣਾ, ਅਤੇ ਇੱਥੋਂ ਰੈਸਟੋਰੈਂਟ ਔਡਰ ਆਇਆ ਸੀ, ਹਾਲੇ ਇਸ਼ਾਨ ਇੱਥੇ ਗਿਆ ਖਾਣ ਪੀਣ ਨੂੰ, ਚੱਲਦੇ ਹਾਂ। ਸੋ ਗਾਈਜ਼ ਇਸ਼ਾਨ ਦੀ ਵੀ ਕੀ ਕਹਿੰਦੇ ਡਿਲੀਵਰੀ ਚੱਕ ਲਈ ਆ, ਅਤੇ ਹੁਣ ਦੇ ਕੇ ਆਉਣੀ ਆ, ਅਤੇ 120-80 'ਤੇ ਆ, ਅਤੇ ਹਾਲੇ 160 ਤੋਂ ਵੀ 116 ਤੋਂ ਜੇ ਜਾ ਸਕਦੇ ਹਾਂ। ਇਸ਼ਾਨ ਦੀ ਇੱਥੇ ਆ ਡਿਲੀਵਰੀ, 11920 'ਤੇ ਦਿੰਦੇ ਹਾਂ, ਬਸ ਕਰਨਾ ਅਤੇ 9 ਫਲੋਰ 'ਤੇ ਜਾਣਾ, ਚੱਲਦੇ ਹਾਂ ਫਟਾਫਟ, ਇਹਦੀ ਪਹਿਲੀ ਡਿਲੀਵਰੀ, ਰਗੜ ਖਾ ਕੇ ਪਹੁੰਚੀਏ, ਚੱਲਦੇ ਹਾਂ। ਇਸ ਆ ਮਸ਼ੀਨ ਉੱਤੇ ਬਸ ਕਰਨਾ, ਤਾਂ 01 ਕੋਡ ਪਾਓਗੇ ਤਾਂ ਹੀ ਗੇਟ ਖੁੱਲਦਾ, ਤਾਂ ਹੀ ਆਪਾਂ ਅੰਦਰ ਜਾ ਸਕਦੇ ਹਾਂ, ਉੱਧਰ ਕੋਲ ਲੱਗ ਰਹੀ ਆ, ਅਤੇ ਇਹ ਔਡਰ ਜਾਣਾ ਉੱਥੇ, ਚੱਲਦੇ ਹਾਂ ਫਟਾਫਟ। ਇੱਥੇ ਐਕਸੈਸ ਅਲਾਓ ਹੁੰਦੀ ਆ, ਉੱਥੋਂ ਤਾਂ ਹੀ ਗੇਟ ਖੁੱਲਦਾ, ਚੱਲਦੇ ਹਾਂ। 904 ਅਪਾਰਟਮੈਂਟ ਜਾਣਾ, ਬਿਲਡਿੰਗ ਬਹੁਤ ਸੋਹਣੀ ਹੈ, ਇਹ ਲਿਫਟ ਹੈ, ਲਿਫਟ ਬੜੀ ਸੋਹਣੀ ਹੈ, ਓਏ ਹੋਏ ਹੋਏ ਓਏ ਹੋਏ, ਦੱਬ ਓਏ ਨਹੀਂ ਦਿਆ ਉੱਤੇ ਦੱਬ, ਤੂੰ ਲਿਫਟ ਹੀ ਬੰਦ ਕਰਨ ਲੱਗਾ, ਆ ਗਈ ਆ ਗਈ ਆ ਗਈ ਆ ਗਈ, 904 9 ਤੇ ਦੱਬ, 9 ਤੇ ਦੱਬ, 9 ਤੇ ਜਾਣਦੇ ਜਾਣਦੇ ਆਪਣੇ ਕੋਕਾ ਕੋਲਾ ਵਾਲੇ ਪੈ ਗਏ, ਉਹ ਵੀ ਗਿੱਲੀ ਹੋ ਗਈ, ਉਹ ਵੀ ਗਿੱਲੀ, ਉਹ ਡਿੱਗ ਗਈ ਆ, ਸ਼ਾਬਾਸ਼, ਥੋੜੇ ਹਫਤਾ ਨਹੀਂ ਚੱਲ ਰਹੀ ਸੀਗੀ, ਇੱਕ ਤੋਂ ਲੇਟ, ਉਪਰ ਸੇ ਇਤਨਾ ਗੰਦਾ, ਹਾਓ ਹਾਓ ਮਾਈ ਗਾਡ, ਆਈ ਬੰਦਾ ਆਈ ਬੰਦਾ ਕਿਸੇ ਜੋਗੇ ਦੀ, ਇਹਨਾਂ ਨੂੰ ਕੰਮ ਚਾਹੀਦਾ ਪਰ ਹੌਲੇ ਕੰਮ ਚਾਹੀਦੇ ਨੇ, ਸਾਹਿਬ ਮੇਰੇ ਦੇ ਕਰਕੇ ਹੋਇਆ ਨੇ, ਦੱਸਿਆ ਨਹੀਂ ਰਾਹ ਗਲਤ ਪਾਇਆ ਹਰਸ ਨੇ, ਰਾਹ ਗਲਤ ਪਾਉਣ ਨੂੰ ਮੈਂ ਤੈਨੂੰ ਪੁੱਠੇ ਰਾਹ ਭਾਜੀ, ਹਾਂ ਲੈ ਗਲਤ ਰਾਹ ਪਾਇਆ ਤੇ ਅੰਦਰ ਚਲੋ, ਅੰਦਰ ਚਲੇ ਗਏ, ਚੱਲ 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 ਚੱਲ, ਜਾਣਦੇ 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 ਘੇਰ ਲਾਂਗੇ, ਫੜੇ ਤੇਰੇ ਇੱਧਰ ਮਾਰ, ਕੀ ਹੋ ਰਿਹਾ, ਫੜੋ ਕਿਸ਼ ਫੜੋ ਕਿਸ਼ ਫੜੋ, ਹੋਰ ਕੰਮ ਨਹੀਂ, ਕੈਨੇਡਾ ਵਾਲੇ ਨੂੰ ਹੋਏ, ਕੈਨੇਡਾ ਚਾਹੀਦੀ ਅੜੀਆਂ ਲੱਗਦੀਆਂ ਨੇ। ਸੋ ਗਾਈਸ ਇਸ਼ਾਨ ਦੀ ਡਿਲੀਵਰੀ ਕੰਪਲੀਟ ਹੋ ਚੁੱਕੀ ਹੈ, ਹੁਣ ਮਾਸੜ ਜੀ ਬਤੀ, ਮਾਸੜ ਜੀ ਦੀ ਬਚੀਏ, ਉਹਦੇ ਕਹਿੰਦੇ ਹਾਂ 5 ਸਾਹ ਚੜ ਗਿਆ ਕਿਉਂਕਿ ਥੋੜ੍ਹੇ ਅੱਗੇ ਪਿੱਛੇ ਹੋ ਗਿਆ ਸਮਾਨ, ਚੱਲਦੇ ਹਾਂ ਬਾਕੀ ਆ ਇੰਜੋਏ ਕਰ ਰਹੇ ਹਾਂ, ਅਤੇ ਮਾਸੜ ਜੀ ਦਾ ਫੁੱਲ ਫੀਲ ਇਸ਼ਾਨ ਜੀ ਲਾ ਕੇ, ਹਾਏ ਵੀ ਆ ਦਿਹਾੜੀਆਂ ਲੱਗਦੀਆਂ, ਆ ਬਈ ਕੈਸੀ ਲੱਗੀ, ਆ ਗਏ ਸਵਾਦ,